ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਸੀਟੈਟ ਦੀ ਵੈਬਸਾਈਟ ਤੇ ਇੱਕ ਨਵਾਂ ਅਪਡੇਟ ਜਾਰੀ ਕੀਤਾ ਗਿਆ ਹੈ ਜਿਸ ਅਕੋਰਡਿੰਗ ਸੀਟੈਟ ਦੀ ਆਨਲਾਈਨ ਅਪਲਾਈ ਡੇਟ ਵਿੱਚ ਵਾਧਾ ਕੀਤਾ ਗਿਆ ਹੈ ਤੁਸੀਂ ਵੇਖ ਸਕਦੇ ਹੋ ਇਹਨਾਂ ਦੀ ਵੈਬਸਾਈਟ ਤੇ ਜਦੋਂ ਤੁਸੀਂ ਵਿਜ਼ਿਟ ਕਰਦੇ ਹੋ ਇੱਥੇ ਅਪਲਾਈ ਦੀ অপਸ਼ਨ ਆਉਂਦੀ ਹੈ ਕਿ ਅਪਲਾਈ ਫਾਰ ਸੀਟੈਟ ਜਨਵਰੀ 2024 ਜਦੋਂ ਤੁਸੀਂ ਇੱਥੇ ਕਲਿੱਕ ਕਰਦੇ ਹੋ ਇੱਥੇ ਤੁਹਾਨੂੰ ਇੱਕ ਮੈਸੇਜ ਫਲੈਸ਼ ਹੁੰਦਾ ਹੋਇਆ ਵਿਖੇਗਾ ਜਿੱਥੇ ਲਿਖਿਆ ਹੋਇਆ ਕਿ सीटेट ਦੀ ਜਿਹੜੀ ਆਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ ਹੈਗੀ ਅਜੀ ਉਹ 27 ਤਰੀਕ ਕਰ ਦਿੱਤੀ ਗਈ ਹੈ 27 ਨਵੰਬਰ ਦੀ ਮੈਂ ਗੱਲ ਕਰ ਰਿਹਾ ਹਾਂ ਇਸ ਤੋਂ ਪਹਿਲਾਂ ਇਹ ਜਿਹੜੀ ਡੇਟ ਸੀਗੀ ਉਹ ਸੀਗੀ ਜੀ 23 ਨਵੰਬਰ ਸੋ ਜਿਨ੍ਹਾਂ ਸਾਥੀਆਂ ਨੇ सीटेट ਦਾ ਫਾਰਮ ਨਹੀਂ ਫਿਲ ਕੀਤਾ ਸੀਗਾ ਐਂਡ ਹੋ ਸਕਦਾ ਹੈ ਕਿ ਇਹ ਜਿਹੜਾ ਫਾਰਮ ਤੁਸੀਂ ਫਿਲ ਕਰ ਰਹੇ ਹੋਣੇ ਆ ਤੁਹਾਡੇ ਤੋਂ ਫਾਰਮ ਨਾ ਫਿਲ ਕੀਤਾ ਜਾ ਰਿਹਾ ਹੋਵੇ ਕਿਉਂਕਿ ਇਹਨਾਂ ਦੀ ਵੈਬਸਾਈਟ ਤੇ ਕਾਫੀ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਨੇ ਇਨਾਦੀ ਜਿਹੜੀ ਵੈਬਸਾਈਟ ਹੈਗੀ ਆ ਪਿਛਲੇ 1-2 ਦਿਨਾਂ ਤੋਂ ਕਹਿ ਲਓ ਕਿ ਅੰਡਰ ਮੇਨਟੇਨੈਂਸ ਚੱਲ ਰਹੀ ਸੀਗੀ ਕੰਮ ਚੱਲ ਰਿਹਾ ਸੀਗਾ ਇਨਾਦੀ ਵੈਬਸਾਈਟ ਦੇ ਉੱਤੇ ਜਿਹਦੇ ਕਰਕੇ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਜਾਂ ਫਿਰ ਸਬਮਿਸ਼ਨ ਦਾ ਪ੍ਰੋਸੈਸ ਵਿਧਿਆ ਤਰੀਕੇ ਨਾਲ ਨਹੀਂ ਹੋ ਰਿਹਾ ਸੀ ਸੋ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਇੱਥੇ ਆਪ ਦਾ ਜਿਹੜਾ ਫਾਰਮ ਹੈਗਾ ਜੀ ਇਹ ਤੁਸੀਂ ਫਿਲ ਕਰ ਸਕਦੇ ਹੋ ਬਾਕੀ ਇਸ ਤਰ੍ਹਾਂ ਦੀਆਂ ਜਾਣਕਾਰੀ ਨੂੰ ਪ੍ਰਾਪਤ ਕਰਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਥੈਂਕ ਯੂ ਸੋ ਮੱਚ ਫॉर ਵਾਚਿੰਗ ਗੋਡ ਬlesਸ ਯੂ ਆਲ